मैनू फड़ के बिडा ते थे बैड ते लत्तां बाहां बनतियां मेरियां ते नाले नहीं इहनू मार के जावांगे असीं ਤੇ ਨਹੀਂ ਤੇਰੇ ਮੁੰਡੇ ਨੂੰ ਆਦੇ ਮੁੰਡੇ ਨੂੰ ਪਾਲਣਾ ਤਾਂ ਪਾਲ ਲਵੇ ਕਿ ਤੇ ਜੇ ਨਹੀਂ ਉਹ ਕਰਨਾ ਤਾਂ ਇੱਕ ਸੁਜਿੰਦਰ ਕੌਰ ਸੁਜਿੰਦਰ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਅੱਜ ਤੁਹਾਡੇ ਨਾਲ ਘਟਨਾ ਵਾਪਰੀ ਸੀ ਸਵਾ ਕ 1 ਵਜੇ ਆ ਕੇ ਬੈਠਿਆਂਗੇ ਭੋਗ ਪਿਆ ਕੇ ਰਕਸ ਦੇ ਮਰਗ ਦਾ ਤੇ ਵੀ ਮਰਗ ਦੇ ਭੋਗ ਤੋਂ ਆ ਕੇ ਇਹ ਮੁੰਡੇ ਨੂੰ ਮੈਂ ਚਾਹ ਪਿਉਣ ਲੱਗੀਆਂ ਜੀ ਬਾੜ ਆ ਕੇ ਆ ਤੇ ਮੁੰਡਾ ਮੇਰਾ ਚਾਹ ਪੀ ਕੇ ਹਟਿਆਗਾ ਚਾਹ ਪੀ ਕੇ ਬਹਿ ਗਿਆ ਫੋਨ ਲੈ ਕੇ ਤੇ ਇੰਨੇ ਮੈਂ ਥੋੜੇ ਕਿ ਦਿਨ ਝਾਕੀ 2 ਮਿੰਟਾਂ ਆਵਾਦੀ ਤੇ ਇੱਥੇ ਆਉਂਦੇ ਨੂੰ ਦੇਖ ਕੇ ਮੈਂ ਬਾੜ ਆਉਣ ਲੱਗੀ ਅੰਦਰੋਂ ਗੁੰਡੀ ਉਹਨਾਂ ਨੇ ਗੁੰਡੀ ਫੜ ਕੇ ਖਿੱਚ ਲਈ ਬਾਹਰ ਅਕੇ ਬਾਹਰ ਨਾ ਡਾ ਤੇ ਜਦੋਂ ਮੈਂ ਬਾਰੀ ਤੇ ਮੈਨੂੰ ਫੜ ਕੇ ਬਿੱਡਾਂ ਤੇ ਇੱਥੇ ਬੈਡ ਤੇ ਲੱਤਾਂ ਮਾਮਾ ਬੰਨਤੀਆਂ ਮੇਰੀਆਂ ਅਕੇ ਨਹੀਂ ਤਾਂ ਪਿਸਤੌਲ ਦੇ ਦੇ ਤੇ ਨਾਲੇ ਦਿਉਣਾ ਦੇ ਦੇ ਤੇ ਨਾਲੇ ਨਹੀਂ ਇਹਨੂੰ ਮਾਰ ਕੇ ਜਾਵਾਂਗੇ ਅਸੀਂ ਨਹੀਂ ਤੇਰੇ ਮੁੰਡੇ ਨੂੰ ਆਦੇ ਮੁੰਡੇ ਨੂੰ ਪਾਲਣਾ ਤਾਂ ਪਾਲ ਲਵੇ ਕਿ ਤੇ ਜੇ ਨਹੀਂ ਉਹ ਕਰਨ ਤਾਂ ਇੱਕ ਟਾਈਮ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਕੋਲ ਹੈ ਨਹੀਂ ਪਿਸਤੌਲ ਕਹਿੰਦੇ ਕਿ ਨਹੀਂ ਪਿਸਤੌਲ ਦੇ ਅਕੇ ਨਹੀਂ ਤੇਰੇ ਮਾਰ ਉਹਨੂੰ ਕਹਿੰਦੇ ਵੀ ਤੂੰ ਇਹਦੇ ਗੋਲੀ ਮਾਰ ਤੇ ਵੀ ਕਹਿੰਦੇ ਨਹੀਂ ਤੇਰੇ ਮੁੰਡੇ ਨੂੰ ਵੀ ਅੰਦਰੋਂ ਕੱਢ ਕੇ ਮਾਰਾਂਗੇ ਅਸੀਂ ਜਿੱਥੇ ਵੀ ਹੈਗਾ ਜਿਹਦੇ ਤੋਂ ਮਰਜ਼ੀ ਕੱਢ ਕੇ ਦੇ ਸਾਨੂੰ ਪੈਸੇ ਦੇ ਨਾਲੇ ਤੇ ਨਾਲੇ ਮੈਨੂੰ ਸਿਆਉਣਾ ਦੇ ਮੈਂ ਕਹਤਾ ਵੀ ਸਿਆਉਣਾ ਮੇਰੇ ਕੋਲ ਹੈ ਨਹੀਂਗਾ ਵੀ ਨਾ ਹੀ ਮੇਰੇ ਕੋਲ ਕਹਿੰਦੇ ਵੀ ਤੌਲ ਦੇ ਰੋਂਦੇ ਉਹ ਰੌਂਦ ਮੈਂ ਕਿਹਾ ਵੀ ਰੌਂਦ ਵੀ ਹੈ ਨਹੀਂ ਮੇਰੀ ਕਿੰਨੇ ਕੁ ਜਾਣੇ ਸੀ ਜੀ ਪੰਜ ਜਣੇ ਤੰਦਰ ਆਏ ਆ ਪੰਜ ਜਣੇ ਤੰਦਰ ਆਏ ਆ ਤੇ ਦੂਜੇ ਬਾਹਰ ਖੜੇ ਕਿੰਨੀਆਂ ਗੱਡੀਆਂ ਤੇ ਸੀ ਜੀ ਫਿਰ ਉਹ ਗੱਡੀ ਬਾਹਰ ਕੋਈ ਨਹੀਂ ਦੇਖ ਸਾਨੂੰ ਬਾੜ ਆ ਗਏ ਬਾਹਰੋਂ ਬੰਨ ਕੇ ਮੂੰਹ ਸਿਰ ਮੇਰਾ ਇੱਥੇ ਸੱਟ ਗਿਆ ਤੇ ਬਾਹਰੋਂ ਕੁੰਡੀ ਵੀ ਲਾ ਗਿਆ ਉੱਥੋਂ ਤੇ ਕਹਿੰਦੇ ਕਿ ਵੀ ਜੇ ਬਾਹਰ ਨਿਕਲ ਕੇ ਰੌਲਾ ਪਾਇਆ ਸੀ ਮੁੜ ਕੇ ਆ ਕੇ ਵੀ ਤੈਨੂੰ ਮਾਰ ਦਾਂਗੇ ਜੇ ਤੁਸੀਂ ਪੁਲਿਸ ਨੂੰ ਤਲਾਹ ਦਿੱਤੀ ਤਾਂ ਅਸੀਂ ਤੁਹਾਨੂੰ ਸਾਰੇ ਟੱਬਰ ਨੂੰ ਮਾਰ ਦਾਂਗੇ ਪਏ ਕਿ ਮਾਰ ਲੈਣਾ ਤਾਂ ਪਾਲ ਲੋ ਆ ਦੋ ਨਹੀਂ ਕੌਣ ਸੀ ਜੀ ਕੋਈ ਲੱਗਦਾ ਕੋਈ ਜਾਣ ਪਛਾਣੇ ਲੱਗਦੇ ਸੀ ਜਾਂ ਕੋਈ ਉੱਪਰ ਸੀ ਇੱਕ ਸਰਕਾਰ ਦਾ ਸਾਡਾ ਕੀ ਨਾਮ ਕੀ ਹੈ ਜੀ ਉਹਨਾਂ ਰਜਿੰਦਰ ਸਿੰਘ ਦੋ ਤੇ ਹੋਰ ਕਿਤੋਂ ਦੇ ਸੀਗੇ ਦੋ ਤਿੰਨ ਚਾਰ ਜਣੇ ਸੀ ਉਹ ਉੱਪਰੇ ਸੀਗੇ ਤੇ ਦੂਜੇ ਇਹਨਾਂ ਦੇ ਮੰਗ ਸੀ ਜਿਹੜੇ ਰਿਸ਼ਤੇਦਾਰ ਆ ਗਏ ਇਹਨਾਂ ਦੇ ਗੱਲ ਕਰੀ ਤਾਂ ਕਿਹੋ ਜਿਹੇ ਹਥਿਆਰਾਂ ਦੇ ਨਾਲ ਆਏ ਸੀਗੇ ਪਿਸਤੌਲ ਸੀ ਕੋਲੇ ਜੀ ਜਿਹੜੇ ਆ ਦੂਜੇ ਤੇ ਇਹਨਾਂ ਨੇ ਮੇਰੇ ਪਿਸਤੌਲ ਪਹਿਲਾਂ ਗੋਡੇ ਨਾਲ ਫਿਰ ਮੇਰੇ ਆਈ ਰੱਖ ਲਾ ਲਿਆ ਕਹਿੰਦੇ ਕਿ ਨਹੀਂ ਤਾਂ ਮਾਰਾਂਗੇ ਨਹੀਂ ਦੇ ਦੇ ਸਾਨੂੰ ਸਾਰਾ ਕੁਝ ਮੈਂ ਪੇਟੀ ਦੀ ਕੁੰਜੀ ਦਿੰਦੀ ਨਹੀਂ ਸੀ ਉਹਨਾਂ ਨੂੰ ਤੇ ਕਹਿੰਦੇ ਕਿ ਨਹੀਂ ਦਿੰਦੀ ਤਾਂ ਮਾਰ ਇਹਦੇ ਕੀ ਕੁਝ ਲੈ ਗਏ ਜੀ ਹੁਣ ਇੱਕ ਤਾਂ ਲੈ ਗਏ ਜੀ 1 ਲੱਖ ਰੁਪਿਆ ਲੈ ਗਏ ਤੇ ਇੱਕ ਪਿਸਤੌਲ ਲੈ ਗਏ ਇੱਕ ਮੋਬਾਈਲ ਲੈ ਗਏ ਕੋਈ ਰੌਂਦ ਵਗੈਰਾ ਵੀ ਲੈ ਕੇ ਗਏ ਨਹੀਂ ਜੀ ਰੌਂਦ ਨਹੀਂ ਲੈ ਕੇ ਗਏ ਰੌਂਦ ਮੈਂ ਦਿੱਤੇ ਨਹੀਂ ਕਹਿੰਦੇ ਮੱਥੇ ਵੀ ਹੈ ਨਹੀਂ ਗਏ ਰੌਂਦ ਸਾਡੇ ਕੋਲ ਕਿਸ ਤਰ੍ਹਾਂ ਫਿਰ ਜਦੋਂ ਤੁਸੀਂ ਬੰਨੇ ਹੋਏ ਸੀ ਕਿਸ ਤਰ੍ਹਾਂ ਤੁਸੀਂ ਕੋਈ ਰੋਲਾ ਪਾਇਆ ਜਾਂ ਕਿਸ ਤਰ੍ਹਾਂ ਰੋਲਾ ਉਹਨਾਂ ਨੇ ਮੈਨੂੰ ਪਾਉਣ ਨਹੀਂ ਦਿੱਤਾ ਜੀ ਕਹਿੰਦੇ ਜੇ ਰੋਲਾ ਪਾਇਆ ਤਾਂ ਅਸੀਂ ਬਸ ਮੁੜ ਕੇ ਹੱਥ ਮਾਰ ਕੇ ਜਾਵਾਂਗੇ ਮੂੰਹ ਬੰਨ ਤਾਂ ਉਹਨਾਂ ਨੇ ਮੇਰਾ ਨਾਲੇ ਮੇਰੇ ਬਾਮਾ ਬੰਨ ਤੀਆਂ ਨਾਲੇ ਮੇਰੀਆਂ ਲੱਤਾਂ ਬੰਨ ਤੀਆਂ ਫਿਰ ਕਿਵੇਂ ਪਤਾ ਲੱਗਿਆ ਜੀ ਤੁਸੀਂ ਕਿਵੇਂ ਛੁੱਟੇ ਆਪਦੇ ਆਪ ਨੂੰ ਮੈਂ ਮੇਰੇ ਮੁੰਡੇ ਨੇ ਖੁੱਲਿਆ ਮੈਨੂੰ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਬਹਿ ਬਹਿ ਕੇ ਉਹ ਬਾਗੇ ਬਾਹਰੋਂ ਬਾੜ ਆ ਕੇ ਗਏ ਸਾਨੂੰ ਉਹ ਅਸੀਂ ਉਸ ਤੋਂ ਬਾਅਦ ਬਹਿ ਕੇ ਕਿਸੇ ਗਵਾਂਢੀਆਂ ਦੇ ਘਰੇ ਗਏ ਆ ਉਹਨਾਂ ਤੋਂ ਅਸੀਂ ਘਰੇ ਜਾ ਕੇ ਫੋਨ ਕਰਾਇਆ ਗਾ ਸਾਡੀ ਖੇਤ ਵੀ ਉਹਨਾਂ ਨੂੰ ਕਹਿੰਦੇ ਵੀ ਐਂ ਕਰਕੇ ਤੇ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਕਿ ਜੇ ਤੁਸੀਂ ਕਿਤੇ ਵੀ ਚੀਕ ਸੁਣੋਗੇ ਉੱਥੋਂ ਵਾਪਸ ਹੀ ਆਵਾਂਗੇ ਅਸੀਂ ਤੇ ਇਹ ਤਾਂ ਕਹਿੰਦੇ ਜੇ ਪੁਲਿਸ ਨੂੰ ਤਾਂ ਦਿੱਤੀ ਹੈ ਤੁਸੀਂ ਜਗਾ ਤਾਂ ਅਸੀਂ ਤੁਹਾਨੂੰ ਮਾਰ ਕੇ ਜਾਵਾਂਗੇ ਸਾਰੇ ਟੱਬਰ ਨੂੰ ਇਹ ਐਕਚੁਅਲੀ ਜੀ 4-5 ਬੰਦੇ ਆਏ ਸੀਗੇ ਤੇ ਇਹਨਾਂ ਦੇ ਘਰੇ ਮਤਲਬ ਪੈਸੇ ਤੇ ਮੋਬਾਈਲ ਵਗੈਰਾ ਤੇ ਐਕਸਟਰਾ ਵਗੈਰਾ ਕੁਝ ਲੈ ਗਏ ਆ ਜਦੋਂ ਅਸੀਂ ਉਹਦੀ ਤਲਾਸ਼ ਕਰੀ ਜਾਂਦੇ ਕੋਸ਼ਿਸ਼ਾਂ ਦੀ ਜ਼ਰੂਰਤ ਖੜੇ ਹੋਈ ਕਰਦੇ ਉਹ ਸੀਸੀਟੀਵੀ ਫੁਟੇਜ ਵਗੈਰਾ ਵੀ ਉਹ ਵੀ ਚੈੱਕ ਕਰ ਰਹੇ ਆ ਜੀ ਲਾਈਟਾ ਬੰਦੇ ਜਾਣੇ ਪਛਾਣੇ ਕਰਦੇ ਨੇ ਹਾਂਜੀ ਹਾਂਜੀ ਉਹਨਾਂ ਨੂੰ ਜਾਣੇ ਪਛਾਣੇ ਹੈਗੇ ਆ ਜੀ ਤੇ ਬਾਕੀ ਉਹਨਾਂ ਨੂੰ ਜਦੋਂ ਕੁਝ ਪਤਾ ਲੱਗਦਾ ਰਸਤਾ ਰਿਸ਼ਤੇਦਾਰੀ ਹੈ ਜੀ ਇਹਨਾਂ ਦਾ ਭਤੀਜਾ ਲੱਗਦਾ ਜੀ ਕੀ ਤੁਸੀਂ ਪਰੇਸ਼ਾਨ ਹੋ ਅੱਜ ਹੀ ਸੰਪਰਕ ਕਰੋ ਗੁਰੂ ਸਿਕੰਦਰ 98-151-56-152 ਮੋਣੀ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਪਰੇਸ਼ਾਨੀ ਜਿਵੇਂ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਪਿਆਰ ਚ ਧੋਖਾ ਹੋਇਆ ਪਿਆਰ ਵਾਪਸ ਪਾਉਣਾ ਕਰਜ਼ਾ ਮੁਕਤੀ ਤਲਾਕ ਕੇਸ ਵਿਦੇਸ਼ ਯਾਤਰਾ ਜਾਂ ਪਿਆਰ ਚ ਰੁਕਾਵਟ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਸਿਕੰਦਰ 98-151-56-152